ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ, ਕਮਲ ਡੇਰੀ ਫਾਰਮ 'ਤੇ ਆਪਾਂ ਪਹੁੰਚ ਚੁੱਕੇ ਹਾਂ ਕਮਲ ਵੀਰ ਦੇ ਕੋਲ। ਅੱਜ ਤੁਹਾਨੂੰ ਦੋ ਹੀ ਮੱਝਾਂ ਜਿਹੜੀਆਂ ਦਿਖਾਉਣੀਆਂ ਅਤੇ ਦੋਵੇਂ ਤੁਹਾਨੂੰ ਸੂਈਆਂ ਦਿਖਾਵਾਂਗੇ। ਗੱਲਬਾਤ ਹੁਣ ਆਪਾਂ ਵੀਰ ਨਾਲ ਕਰਦੇ ਹਾਂ ਅਤੇ ਪੁੱਛ ਰਹੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਕਿਰਪਾ ਬਾਬਾ ਜੀ, ਚਲੋ ਵਧੀਆ, ਕਿਰਪਾ ਚਾਹੀਦੀ ਹੈ ਹੁਣ ਤੇ। ਕਿਰਪਾ ਵੈਸੇ ਲੱਗਦਾ ਬਾਬਾ ਜੀ ਦੀ ਜਿਆਦੀ ਹੋ ਗਈ ਹੈ। ਹਾਂਜੀ ਹਾਂਜੀ, ਲੋ ਜੀ ਮਾਲ ਦੂਰ ਦੂਰ ਹੀ ਘੱਲਦੇ ਹੁਣ ਜਾ। ਬਿਲਕੁਲ ਬਿਲਕੁਲ, ਆਉਂਦਾ ਜਾਂਦਾ ਵੇਖਦਾ ਜਾਂਦਾ ਵਾ। ਠੀਕ ਆ ਵੀ ਮਾਲ ਰਹਿ ਗਿਆ ਸੀ ਦੋ ਮੱਝਾਂ। ਅੱਛਾ, ਆਹ ਤੇ ਰਾਤੀ ਲਈ ਸੀ। ਅੱਛਾ, ਤੋ ਵੀ ਪਰਸੋਂ ਦੀ ਸੌਦੇ 'ਚ ਪਾਈ ਹੈ ਮੱਝ। ਅੱਛਾ, ਚੋਕੜ ਠੀਕ ਹੈ। ਮੈਂ ਕੱਠੀਆਂ ਵੇਖ ਕੇ ਫਿਰ ਇਕੱਠੀਆਂ ਪੰਜ ਛੇ ਲਿਆਉਂਦੇ ਆ। ਠੀਕ ਹੈ, ਹਾਂਜੀ ਹਾਂਜੀ ਹਾਂਜੀ, ਇਕੱਠੀਆਂ ਹੁੰਦੀਆਂ ਨੇ ਮੈਨੂੰ ਲੱਗਦਾ। ਇਸ ਤਰ੍ਹਾਂ ਹੀ ਰੋਜ਼ ਹੀ ਤਾਂ ਸਟੇਟਸ ਪਾਇਆ ਹੁੰਦਾ ਕਦੇ ਕਿਤੇ ਕਦੇ ਕਿਤੇ। ਹਾਂਜੀ ਹਾਂਜੀ ਹਾਂਜੀ, ਠੀਕ ਇਦਾਂ ਹੀ ਵੇਖਦਾ ਜਾਂਦਾ ਮਾਲ। ਚਲੋ ਆਈ ਚਲਾਈ ਹੋਈ ਜਾਵੇ ਤੇ ਉਹੀ ਵੱਧਦਾ ਵਾ। ਬਿਲਕੁਲ, ਜਿਹਦਾ ਜਿਹਦੇ ਕਰਮਾਂ ਜਿਹਨੇ ਜਾਣਾ ਉਹਨੇ ਚਲੀ ਜਾਣਾ। ਹੁਣ ਕਾਫੀ ਅੱਗੋਂ ਚੱਲ ਜੂ, ਕੋਈ ਪਿੱਛੋਂ ਚੱਲ ਜੂ, ਹੁਣ ਵਧੀਆ ਬਾਜ਼ਾਰ ਚੱਲਣ ਦਿਆ ਵਾ ਨਾ, ਗਾਹਕ ਕਾਫੀ ਬਾਜ਼ਾਰ ਤੇ। ਡੰਗਰ ਦੇ ਹਿਸਾਬ ਨਾਲ ਵੀ ਤੇ ਮੋਲ ਦੇ ਹਿਸਾਬ ਨਾਲ ਵੀ। ਹਾਂਜੀ ਹਾਂਜੀ, ਜੇ ਮਾਲ ਮੋਲ ਮੰਗਾਗੇ ਨਾ। ਹਾਂਜੀ ਹਾਂਜੀ, ਵੇਖਦਾ ਜਾਂਦਾ ਉਸੇ ਟਾਈਮ। ਠੀਕ ਹੈ ਜੀ, ਹਾਂਜੀ ਹਾਂਜੀ। ਤੇ ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਕਮਲ ਜੀ, ਹਾਂਜੀ, ਪਿੰਡ ਭਗਵਾਨਪੁਰ, ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਦੇ। ਤੇ ਫੋਨ ਨੰਬਰ ਬੋਲ ਦੇ ਕਰੀ। 9591967 ਨੰਬਰ ਤੇ ਮੇਰਾ WhatsApp ਵੀ ਇੱਥੇ ਚੱਲਦਾ ਜੀ। ਠੀਕ ਹੈ ਜੀ, ਤੇ ਫਿਰ ਸ਼ੁਰੂਆਤ ਪਹਿਲਾਂ ਇਹਦੇ ਤੋਂ ਕਰ ਲਈ ਸੱਜਰ ਸੂਈ ਤੋਂ ਹੀ। ਹਾਂਜੀ ਹਾਂਜੀ, ਆ ਬੜੀ ਕੱਦ ਬੋਲ। ਆ ਦੇਖ ਸਕਦੇ ਮੈਲੇ ਤੇ ਅਜੇ ਦਈ ਆ। ਕਿੰਨਾ ਹੈ ਜੀ ਬੁੜੀ? ਕਿੰਨਾ ਕੁ ਚਿਰ ਹੋ ਗਿਆ ਜੀ ਨਸੂਈ ਨੂੰ? ਇਹਨੂੰ ਵੀਡੀਓ ਕੱਟੀ ਬਹੁਤ ਵਧੀਆ ਦੇ ਮਗਰ ਉਹਨੂੰ 5-6 ਦਿਨ ਆ ਹਜੇ। ਅੱਛਾ, ਬਹੁਤ ਹਫਤਾ ਹੋ ਗਿਆ ਹੋਊਗਾ। ਅੱਛਾ, ਆ ਕੱਟੀ ਜੇ ਵੇਖ ਲਓ, ਆ ਮੋਹਰਾ ਦੀ ਕੱਟੀ ਜੇ ਮਗਰ ਤੇ ਕੱਟੀ ਵੀ ਸੋਹਣੀ ਆ। ਮਗਰ ਕਾਫੀ ਇੱਕ ਕੱਟੀ ਦਾ ਕੱਡਾ ਮਾਜੀ ਦਾ ਹੀ ਕਿਸੇ ਵੀਰ ਨੇ ਟੀਕਾ ਜਿਹੜਾ ਚੰਗਾ ਹੀ ਭਰਾਇਆ ਵਾ ਕੱਟੀ ਦਾ। ਪਿੱਠ ਪੂੜਾ ਹੁਣ ਤੋਂ ਹੀ ਕੱਟੀ ਦਾ ਆਪਾਂ ਦੇਖ ਸਕਦੇ ਚੰਗਾ ਵਾ, ਬਹੁਤ ਕੱਟੀ ਚੰਗੀ। ਹਾਂ ਦੇਖ ਸਕਦੇ ਜੀ। ਤੇ ਕਿੰਨਾ ਚਿਰ ਹੋਇਆ ਵੀਰ ਜੀ ਨਸੂਈ ਨੂੰ? ਇਹਨੂੰ ਹਫਤਾ ਹੋ ਗਿਆ ਸੂਈ ਨੂੰ। ਹਫਤਾ ਹੋ ਗਿਆ ਸੂਈ ਨੂੰ? ਤੇ ਮੌਕੇ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ? ਮੌਕੇ ਤੇ ਵੀ ਜੀ 8 ਕਿਲੋ ਦੁੱਧ ਤਿਆਰ ਹੈ ਬੋਲਾ ਇਸ ਵੇਲੇ। ਤਿਆਰ ਬਿਲਕੁਲ, ਮੈਲਾ ਮਾਰਨ ਦੀ ਜੇ ਦੁੱਧ 10-11 ਕਿਲੋ ਆਰਾਮ ਨਾਲ ਕਰੀ ਜਾਊਗੀ। 10-11 ਲੀਟਰ ਕਰੀ ਜਾਊਗੀ? ਹਾਂਜੀ ਹਾਂਜੀ, ਲਿਆ ਖੁੱਲ ਤੋਰ ਦੀ ਕਰੀ ਨਾ। ਬਾਕੀ ਕੱਦ ਕਾਟਦੀ ਤੇ ਪਿੱਠ ਪੁੜੇ ਦੀ ਜਿਹੜੀ ਚੰਗੀ ਹੈ। ਅਜੇ ਵੀਡੀਓ ਬਣਾਉਂਦਾ ਟਾਈਮ ਵੀ ਜਿਹੜਾ ਦੁਪਹਿਰ ਦਾ ਵਾ, ਬਾਕੀ ਸ਼ਾਮ ਤੱਕ ਚਵਾਈ ਤੱਕ ਜਿਹੜਾ ਹਵਾਨਾ ਆਪਣਾ ਚੰਗਾ ਤਿਆਰ ਕਰੂਗੀ। ਤੇ ਕੀ ਫਿਰ ਮੁੱਲ ਜੇ ਵਿੱਦੀ ਦਾ? ਮੁੱਲ ਵਿੱਦੀ ਵੇਖ ਲਓ, ਮੱਝ ਤੇ 70,000 ਰੁਪਇਆ। ਕੱਦ ਕਾਠ ਵੀ ਜਿਹੜਾ ਚੰਗਾ ਉੱਚਾ ਵਾ। ਹਾਂਜੀ, ਵੱਡੀ ਮੱਝ ਹੈ ਜਿਹੜੀ। ਬਾਕੀ ਜੇ ਮੱਝ ਸੂਈ ਜੇ ਤੇ ਆਪਾਂ 65,000 ਦੀ ਦੇ ਦਾਂਗੇ। 65,000 ਦੀ ਦੇ ਦੋਗੇ? ਕਰ ਦੋਗੇ ਮਾਨ ਮੁੱਕੇ ਤੇ? ਹੋਰ ਚਲੋ, ਰੱਖੜੀ ਆ 3,000 ਹੀ ਕਰ ਦਾਂਗੇ। ਅੱਛਾ, ਹਾਂਜੀ ਹਾਂਜੀ, 62,000 ਦੀ ਦੇ ਦੋਗੇ? 62,000 ਦੀ ਦੇ ਦਾਂਗੇ। ਬਾਕੀ ਚਲੋ, ਜਿਹੜਾ ਕੋਈ ਵੀਰ ਇੱਥੇ ਆਊਗਾ ਪਸੰਦ ਆਊਗੀ ਇੱਕ ਵਾਰੀ ਜ਼ਰੂਰ। ਥਾਣਾ ਇਹਦੇ ਲਾਗੇ ਤਾਂ ਦੇਖ ਸਕਦੇ ਜੀ, ਥਣਾ ਦਾ ਸਾਈਜ਼ ਗੈਪ ਵੀ ਚੰਗਾ ਤੇ ਮਿਲਕਮੇਨ ਵੀ ਜਿਹੜੀ ਇਹਦੀ ਚੰਗੀ ਆ। ਤੇ ਹੁਣ ਇੱਕ ਫਿਰ ਲੱਕੜੀ ਦਾ ਗਿਫਟ ਵੀ ਲੈਣਤਾ ਜੀ ਹਰ ਕੇ। ਹਾਂਜੀ ਹਾਂਜੀ, ਆਹ ਦੇਖ ਸਕਦੇ ਜੀ, ਜਿਹੜੇ ਮੇਰੇ ਕੋਲੋਂ ਗਈ ਹੈ, ਸ਼ਾਇਦ ਵੀਡੀਓ ਦੀ ਪਤਾ ਨਹੀਂ ਪਈ ਕਿ ਨਹੀਂ ਇਹਨੂੰ। 6 ਮਹੀਨੇ ਹੋ ਗਏ ਗਈ ਦੀ। 6 ਮਹੀਨੇ ਪਹਿਲੇ ਤੇ ਕਈ ਵੀਡੀਓ ਪੈ ਗਈਆਂ, ਉਹ ਕਿੰਨੀਆਂ ਲੱਭਣੀਆਂ ਵਾ। ਹਾਂਜੀ ਹਾਂਜੀ, ਤੇ ਦੁੱਧ ਦੇ ਥੱਲੇ 4 ਕਿਲੋ ਪੱਕਾ ਜੀ। ਅੱਛਾ, ਠੰਡੀ ਇੰਨੀ ਆ ਵੀ ਭਾੜਾ ਪਾਓ ਦੇ ਥੱਲੇ ਬੈਠੋ, ਉਸ ਵੇਲੇ ਪਛਮ ਪੈਂਦੀ ਆ। ਅੱਛਾ, ਕੋਈ ਟੀਕਾ ਨਹੀਂ ਤੇ ਦੁੱਧ ਵੀ ਸੰਘਣਾ? ਹਾਂ, ਦੁੱਧ ਵੀ ਸੰਘਣਾ। ਇਹ ਉਹਨਾਂ ਵੀਰਾਂ ਵਾਸਤੇ ਕਿ ਜਿਹੜੇ ਵੀਰਾਂ ਦਾ ਸ਼ੌਂਕ ਹੈ ਨੀਲੀ ਰਾਵੀ ਮੱਝ ਰੱਖਣ ਦਾ। ਚਲੋ, ਦੁੱਧ ਜਿਹਦਾ ਵੇਖੋ 4 ਕਿਲੋ ਕਿਸ ਤੋਂ ਲੈ ਕੇ ਆਓ। ਹਾਂ, 8-9 ਫੈਂਟ ਦਾ ਦੁੱਧ। ਹਾਂਜੀ ਹਾਂਜੀ, ਨਹੀਂ ਮੰਨਦੀ ਗੱਲ ਹੈ ਨਾ। ਹਾਂਜੀ ਹਾਂਜੀ, ਦੇਖੋ ਮਿਲਦਾ ਵਾ। ਬਾਕੀ ਇਹਨੇ ਤੇ ਘਰ ਦਾ ਘਿਓ ਵੀ ਕਾਫੀ ਇਕੱਠੀ ਜਾਣਾ ਵਾ। ਹਾਂਜੀ ਹਾਂਜੀ, ਲਿਆ ਫਿਰ ਤੋਰ ਦੇ ਕਰੀ ਨਾ। ਬਾਕੀ ਨੀਲੀ ਦੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ, ਅੱਖਾਂ ਵੀ ਬਿੱਲੀਆਂ, ਜਿੰਨੇ ਅਗਲੇ ਪੈਰ ਦੋਵੇਂ ਬਰਾਬਰ ਚਿੱਟੇ ਤੇ ਪਿਛਲੇ ਦੋਵੇਂ ਬਰਾਬਰ ਚਿੱਟੇ। 4 ਕਿਲੋ ਦੁੱਧ ਹੈ ਜਿਹੜਾ ਹੁਣ ਮੌਕੇ ਤੇ ਇਹਦੇ ਕੋਲ। ਬਾਕੀ ਘਰ ਦਾ ਚਾਹ ਪਾਣੀ ਦਾ ਜਿਹੜਾ ਵਧੀਆ ਸਾਰੀ ਜਾਊਗੀ।
चलो तो खा ला। हाँ देख सकते इस तरह थोड़ा कपाड़ा पा के गाड़ी तो इस तरह ही थले बह जाना भावें दोपहरे ही बह जाओ भावें जरा मर्जी बह जाओ। पसम की जी वीर जी हाँ देख सकते इस तरह ही जरा इन्हें पसम जाना वा दिखा दिए वीर जी फिर यहाँ चवा आप इस तरह धार भी जरा ठीक है जी। बाकी नीली रावी दी मज्जां जिहड़ा ज्यादातर ठंडियां ही हुंदियां ते इक फैट बड़ी चंगी हुंदी इहनां दी। वीर जी कोई थणा नाल गिल्टी नहीं बस एक कम पहला दसना इत्थे थोड़ी धाड़े दी टैट आ सानू नहीं लगदा कि जनानी जनूनी किसे ने करनी उहनूं लागूगा माड़ा मोटा ठीक है। हाँ देख सकते जी ते अगले थणा दा चवा दिखा दो झूठ नहीं बोल के कोई देना तुहानूं पता साडा शुरू तों ही जी। फिर मोले दा फिर एहो जिहा दस्सो कि किसे वीर दा बाद चो छोट करवाउंदा वा ना जी करे नहीं ओहो जिहा दस्सना आपां तुहानूं पता छोट वाले मुल करने नहीं दे ठीक है इन्ना ही छोटा कर देने आ ठीक है। मुल 35,000 वीर जी अच्छा हां जी किन्ने दे इन्नी छड़ दांगे रखड़ी करके दो होर ਚਲ ਤੁਹਾਡੀ ਕਿ ਤੁਸੀਂ ਕਿਹੜਾ ਕਰੀ ਮੈਨੂੰ ਪਿਆ ਪਹਿਲੀ ਵਾਰ ਕਿਹਾ ਜਾਂ 30,000 ਦੀ ਥੋੜੀ ਜਿਹੀ ਮਾਰੀ ਜਾਣਾ ਅੱਛਾ 30,000 ਦੀ ਹੈ ਬਰਫੀ ਆ ਤਾਂ ਅੱਛਾ ਹਾਂ ਠੰਡੀ ਬਹੁਤ ਆ ਬਾਕੀ ਦੁੱਧ ਇਹਨੂੰ ਹੁਣ ਪਛੇ ਪੁੱਠੇ ਵੀ ਘੱਟ ਹੀ ਆ ਉਹੋ ਜਿਹੀ ਆ ਬਾਜਰਾ ਬੂਜਰਾ ਤੁਹਾਨੂੰ ਪਤਾ ਕਬੜਾ ਹੀ ਆ ਹਾਂਜੀ ਹਾਂਜੀ ਬਾਕੀ ਬਰਸਨ ਤੁਰ ਪਿਆ ਦੁੱਧ 5 ਕਿਲੋ ਫੇਰ ਛੇ ਕਰ ਦੀ ਨਾਲ ਇਹ ਆ ਕਿ ਸਾਰਿਆਂ ਨੇ ਪਤਾ ਕਿ ਥੋੜਾ ਮੌਸਮ ਵੀ ਇਹੋ ਜਿਹਾ ਹੀ ਆ ਹਾਂਜੀ ਹਾਂਜੀ ਤੇ ਜਦੋਂ ਮੌਸਮ ਸੈੱਟ ਹੋ ਗਿਆ ਤੇ ਆਪੇ ਪੱਠੇ ਵੀ ਤੁਰ ਪਏ ਨੇ ਤੇ ਸਾਰਾ ਕੰਮ ਹੋ ਜਾਣਾ ਕੋਈ ਨਹੀਂ ਆ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਖੜੇ ਜੀ। हाँ जी दोस्तों वीडियो ने पूरा देखने लिए बहुत बहुत धन्यवाद जी।